ਕੈਨੇਡਾ ਦੇ ਸਰੀ ਵਿੱਚ ਬੜੀ ਹੀ ਦਰਦਨਾਕ ਘਟਨਾ ਵਾਪਰੀ ਹੈ ਜੀहां ਇੱਕ ਪੰਜਾਬੀ ਨੌਜਵਾਨ ਗੱਭਰੂ ਜਿਹੜਾ ਕਿ ਸਰੀ ਦੀ ਇੱਕ ਸੜਕ ਤੇ ਪੈਦਲ ਜਾ ਰਿਹਾ ਸੀ ਪਰ ਮਗਰੋਂ ਕਾਰ ਨੇ ਧਰੜ ਕੇ ਰੱਖ ਦਿੱਤਾ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਨੌਜਵਾਨ ਦਾ ਨਾਮ ਜੁੜਾਇਆ ਉਹ ਗੁਰਪ੍ਰੀਤ ਦੱਸਿਆ ਜਾ ਰਿਹਾ ਗੁਰਪ੍ਰੀਤ ਸਿੰਘ ਹੈ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਮੂਲਿਆਂਵਾਲੀ ਦਾ ਇਹ ਰਹਿਣ ਵਾਲਾ ਸੀ ਜਿਹੜਾ ਕਿ ਰੋਜੀ ਰੋਟੀ ਦੇ ਭਾਲ ਦੇ ਲਈ ਸੋਨਾ ਫਿਊਚਰ ਬਣਾਉਣ ਦੇ ਲਈ ਕੈਨੇਡਾ ਗਿਆ ਸੀ ਕੈਨੇਡਾ ਦੇ ਸਰੀ ਦੇ ਵਿੱਚ ਹੀ ਰਹਿੰਦਾ ਸੀਗਾ ਔਰ ਸਟਰੀਟ ਤੇ ਪੈਦਲ ਤੁਰ ਰਿਹਾ ਸੀਗਾ ਕਿ ਅਚਾਨਕ ਮਗਰੋਂ ਤੇਜ਼ ਰਫ਼ਤਾਰ ਕਾਰ ਨੇ ਗੁਰਪ੍ਰੀਤ ਨੂੰ ਦਰੜ ਕੇ ਰੱਖ ਦਿੱਤਾ ਜੀ ਹਾਂ ਔਰ ਮੌਕੇ ਤੇ ਹੀ ਗੁਰਪ੍ਰੀਤ ਦੀ ਮੌਤ ਹੋ ਜਾਂਦੀ ਹੈ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਪਾ ਰਹੇ ਹੋ ਤੁਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੂਲਿਆਂ ਵਾਲੀ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਔਰ ਜਦੋਂ ਮਾਪਿਆਂ ਨੂੰ ਇਸ ਦੀ ਖਬਰ ਮਿਲਦੀ ਹੈ ਤਾਂ ਮਾਪਿਆਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਮਾਪਿਓ ਕਦੇ ਵੀ ਅਜਿਹਾ ਨਹੀਂ ਸੋਚਦੇ ਕਿ ਅਸੀਂ ਆਪਣੇ ਧੀਆ ਪੁੱਤਾਂ ਨੂੰ ਚਾਵਾਂ ਦੇ ਨਾਲ ਬਾਹਰ ਭੇਜਦੇ ਹਾਂ ਕਿ ਉਹਨਾਂ ਦਾ ਸੁਨਹਿਰਾ ਭਵਿੱਖ ਜਿਹੜਾ ਆ ਉਹ ਬਣ ਜਾਵੇ ਕੁਝ ਬੱਚੇ ਜਿਹੜੇ ਐ ਉਹ ਕੁਝ ਕਰ ਲੈਣ ਕੁਝ ਪਾਲ ਲੈਣ ਕੁਝ ਹਾਸਲ ਕਰ ਲੈਣ ਤਾਂ ਪਰ ਅਚਾਨਕ ਜਦੋਂ ਅਜਿਹੀ ਖਬਰ ਮਿਲਦੀ ਹੈ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਗੁਹਾਰ ਲਗਾਈ ਜਾ ਰਹੀ ਹੈ ਮਦਦ ਦੇ ਵਾਸਤੇ ਕਿ ਸਾਡੇ بیٹے ਦੀ ਡੈੱਡ ਬੋਡੀ ਜਿਹੜੀ ਹੈ ਉਸ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਆਖਰੀ ਵਾਰ ਮਾਪੇ ਜਿਹੜੇ ਐ ਉਹ ਆਪਣੇ ਪੁੱਤ ਦਾ ਮੂੰਹ ਦੇਖ ਸਕਣ ਕਿਉਂਕਿ ਇੱਕ ਮਾਂ ਬਾਪ ਦੇ ਲਈ ਇੱਕ ਪਰਿਵਾਰ ਦੇ ਲਈ ਸਭ ਤੋਂ ਦੁੱਖ ਭਰੀ ਘਟਨਾ ਹੁੰਦੀ ਹੈ ਔਰ ਜਦੋਂ ਸਿਆਣੇ ਕਹਿੰਦੇ ਆ ਕਿ ਕਿਸੇ ਦਾ ਭਰੀ ਜਵਾਨੀ ਦੇ ਵਿੱਚ ਧੀ ਪੁੱਤ ਚਲਿਆ ਜਾਵੇ ਤਾਂ ਮਾਪਿਆਂ ਦਾ ਲੱਕ ਟੁੱਟ ਜਾਂਦਾ ਹੈ ਦੁੱਖਾਂ ਦਾ ਪਹਾੜ ਜਨ ਉਹਨਾਂ ਦੇ ਉੱਪਰ ਡਿੱਗ ਜਾਂਦਾ ਹੈ ਇੰਨਾ ਦੁੱਖ ਲੱਗਦਾ ਹੈ ਕਿਉਂਕਿ ਕਿਸੇ ਦਾ ਧੀ ਪੁੱਤ ਜਵਾਨ ਇਸ ਦੁਨੀਆ ਦੇ ਵਿੱਚੋਂ ਜਦੋਂ ਚਲਾ ਜਾਂਦਾ ਹੈ ਤਾਂ ਸਹਾਰ ਨਹੀਂ ਹੁੰਦਾ ਉਹ ਵਿਸ਼ੁੜਾ ਤਾਂ ਇਹ ਤਸਵੀਰ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਦਾ ਇਹ ਰਹਿਣ ਵਾਲਾ ਪੰਜਾਬੀ ਨੌਜਵਾਨ ਗੱਭਰੂ ਸੀ ਜਿਹੜਾ ਕਿ ਸਰੀ ਦੇ ਵਿੱਚ ਪੈਦਲ ਜਾ ਰਿਹਾ ਸੀਗਾ ਤਾਂ ਪਰ ਮਗਰੋਂ ਕਾਰ ਨੇ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਗੁਰਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਸਰੀ ਦੀ ਪੁਲਿਸ ਕਰ ਰਹੀ ਹੈ ਪਰ ਪਰਿਵਾਰ ਦੇ ਵੱਲੋਂ ਗੋਹਾਰ ਲਗਾਈ ਜਾ ਰਹੀ ਹੈ ਕਿ ਸਾਡੇ ਪੁੱਤ ਦੀ ਡੈੱਡ ਬੋਡੀ ਨੂੰ ਜਿਹੜਾ ਪੰਜਾਬ ਹੈ ਉਹ ਭੇਜਿਆ ਜਾਵੇ ਕਿਉਂਕਿ ਮਾਪੇ ਜਿਹੜੇ ਹੁੰਦੇ ਆ ਜਦੋਂ ਘਰੋਂ ਧੀ ਪੁੱਤ ਨੂੰ ਭੇਜਦੇ ਆ ਤਾਂ ਖਰਚਾ ਬਹੁਤ ਹੋ ਜਾਂਦਾ ਹੈ ਕਈ ਤਾਂ ਲੋਕ ਕਰਜ਼ਾ ਚੱਕ ਕੇ ਵੀ ਭੇਜਦੇ ਆ ਫਿਰ ਉਸ ਤੋਂ ਬਾਅਦ ਡੈੱਡ ਬੋਡੀ ਮਗਾਉਣ ਦੇ ਵਾਸਤੇ ਵੀ ਪੈਸੇ ਲੱਗਦੇ ਆ ਤਾਂ ਹੁਣ ਪਰਿਵਾਰ ਆ ਮਦਦ ਲਈ ਗੁਹਾਰ ਲਗਾ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖ ਸਕੇ ਇਹ ਤਾਂ ਡੈੱਡ ਬੋਡੀ ਪੰਜਾਬ ਲਿਆਂਦੀ ਜਾਵੇ ਗੁਰਪ੍ਰੀਤ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਦਾ ਸਰੀਰ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ ਪੈਦਲ ਜਾਂਦੇ ਨੂੰ ਇੱਕ ਕਾਰ ਨੇ ਦਰੜ ਕੇ ਰੱਖ ਦਿੱਤਾ ਹੈ ਤੇ ਗੁਰਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ